ਵਾਈਫਾਈ ਵਾਲੇ ਬਣ ਕੇ ਡਾਕਟਰ ਦੇ ਘਰ ਵੜੇ ਲੁਟੇਰੇ, ਮੱਥੇ ਤੇ ਪਿਸਟਲ ਲਾ ਕੇ ਕੀਤੀ ਵੱਡੀ ਲੁੱਟ, ਪਰਿਵਾਰ ਕਰਦਾ ਰਿਹਾ ਤਰਲੇ ਪਰ ਲੁਟੇਰੇ ਕਰ ਗਏ ਵਾਰਦਾਤ। ਦੱਸ ਦਈਏ ਕਿ ਹੁਣ ਲੁਟੇਰੇ ਘਰਾਂ ਦੇ ਵਿੱਚ ਨਕਲੀ ਪਹਿਚਾਣ ਬਣਾ ਕੇ ਦਾਖਲ ਹੁੰਦੇ ਨੇ ਤੇ ਫਿਰ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿੱਥੇ ਇਹਨਾਂ ਦੇ ਵੱਲੋਂ ਇੱਕ ਡਾਕਟਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਤਾਂ ਜਿੱਥੇ ਇਹ ਘਰ ਦੇ ਵਿੱਚ ਵਾਈਫਾਈ ਵਾਲੇ ਬਣ ਕੇ ਦਾਖਲ ਹੁੰਦੇ ਨੇ ਤਾਂ ਡਾਕਟਰ ਦੇ ਵੱਲੋਂ ਫਿਰ ਇਹਨਾਂ ਤੋਂ ਆਈ ਕਾਰਡ ਮੰਗਿਆ ਜਾਂਦਾ ਹੈ, ਤਾਂ ਫਿਰ ਇਹ ਪਾਣੀ ਪੀਣ ਨੂੰ ਕਹਿ ਦਿੰਦੇ ਨੇ। ਤਾਂ ਜਿਵੇਂ ਹੀ ਡਾਕਟਰ ਪਾਣੀ ਲੈ ਕੇ ਆਉਂਦਾ ਹੈ ਤਾਂ ਉਸਦੀ ਵੱਖੀ 'ਤੇ ਇਹਨਾਂ ਦੇ ਵੱਲੋਂ ਪਿਸਟਲ ਲਗਾ ਦਿੱਤੀ ਜਾਂਦੀ ਹੈ ਅਤੇ ਫਿਰ ਉਸਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ ਅਤੇ ਸਾਰੇ ਪੈਸੇ ਮੰਗਦੇ ਨੇ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਡਾਕਟਰ ਦੇ ਪਿਤਾ ਦੇ ਮੱਥੇ 'ਤੇ ਪਿਸਟਲ ਲਗਾਈ ਜਾਂਦੀ ਹੈ ਤਾਂ ਡਾਕਟਰ ਡਰ ਜਾਂਦਾ ਹੈ ਅਤੇ ਉਹਨਾਂ ਦੇ ਵੱਲੋਂ ਸਾਰੀ ਨਕਦੀ ਇਸਦੇ ਹਵਾਲੇ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਸਾਰੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਲੁਟੇਰੇ CCTV ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਬੜੀ ਹੀ ਚਲਾਕੀ ਦੇ ਨਾਲ ਇਹ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਬਾਹਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਘਰ ਦੇ ਅੰਦਰ ਐਡੀ ਵੱਡੀ ਵਾਰਦਾਤ ਹੋ ਰਹੀ ਹੈ। ਤਾਂ ਦੱਸ ਦਈਏ ਕਿ ਮੌਕੇ ਤੋਂ 10,000 ਰੁਪਏ ਦੀ ਨਕਦੀ, 250 ਗ੍ਰਾਮ ਸੋਨਾ ਅਤੇ ਇੱਕ ਮੋਬਾਈਲ ਫੋਨ ਵੀ ਚੋਰੀ ਕਰਕੇ ਆਪਣੇ ਨਾਲ ਲੈ ਗਏ ਨੇ, ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਭਾਅ ਜੀ, ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰ ਹਾਂ, ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ, ਅਤੇ ਮੈਂ ਅਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਅਤੇ ਬਾਹਰ ਦੀ ਬੈੱਲ ਵੱਜੀ ਹੈ ਅਤੇ ਮੈਂ ਗੇਟ ਖੋਲਿਆ ਜਾ ਕੇ, ਦੋ ਅਣਪਛਾਤੇ ਲੜਕੇ ਸੀਗੇ ਅਤੇ ਕਹਿੰਦੇ ਕਿ ਤੁਹਾਡਾ ਵਾਈਫਾਈ ਜੀਓ ਦਾ ਵਾ। ਮੈਂ ਕਿਹਾ ਹਾਂਜੀ ਭਾਅ ਜੀ। ਕਹਿੰਦੇ ਜੀ ਅਪਡੇਟ ਕਰਨਾ। ਮੈਂ ਕਿਹਾ ਆ ਜਾਓ। ਅੰਦਰ ਆਏ ਨੇ, ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਅ ਜੀ ਮੈਨੂੰ ਆਪਣਾ ਆਧਾਰ ਕਾਰਡ, ਆਈਡੀ ਕਾਰਡ ਦਿਖਾਓ ਜੀਓ ਦਾ। ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਅ ਜੀ ਆਈਡੀ ਕਾਰਡ ਦੇਣੇ, ਤੁਸੀਂ ਸਾਨੂੰ ਕੁਰਸੀ ਦੇ ਦਿਓ ਅਤੇ ਨਾਲ ਪਾਣੀ ਦੇ ਦਿਓ। ਅਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਵਾਂ, ਜਿੱਦਾਂ ਹੀ ਮੈਂ ਪਾਣੀ ਲੈ ਕੇ ਆਇਆ, ਉਹਨਾਂ ਨੇ ਪਿਸਟਲ ਕੱਢ ਕੇ ਮੇਰੀ ਵੱਖੀ 'ਤੇ ਲਗਾ ਦਿੱਤੀ ਅਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ 'ਚ ਲੈ ਗਏ। ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਾਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ। ਅਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ, ਬੜੇ ਤਰਲੇ ਮਾਰੇ ਉਹਨਾਂ ਦੇ, ਬਟ ਉਹ ਨਹੀਂ ਮੰਨੇ। ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨ ਪੁਆਇੰਟ 'ਤੇ ਲਿਆ ਤਾਂ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਅਤੇ ਮੇਰੇ ਲੋਕਰ 'ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ। ਕਿਸ ਤਰ੍ਹਾਂ ਸੀ, ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ, ਮੂੰਹ ਢੱਕੇ ਸੀ, ਕਿਸ ਤਰ੍ਹਾਂ ਮਤਲਬ ਮੋਨੇ ਸਾਰੇ? ਟੋਪੀਆਂ ਪਾਈਆਂ ਸੀ ਭਾਅ ਜੀ, ਐਨਕਾਂ ਲਗਾਈਆਂ ਸੀਗੀਆਂ। ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ, ਹਿੰਦੀ ਅਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ। ਪਿਸਟਲ ਇੱਕੋ ਹੀ ਉਹਨਾਂ ਕੋਲ? ਹਾਂਜੀ, ਇੱਕੋ ਹੀ ਸੀਗੀ ਭਾਅ ਜੀ। ਅਤੇ ਕਿੰਨਾ ਕੁ ਨੁਕਸਾਨ ਹੋਇਆ, ਕੀ ਲੱਗੇ? ਨੁਕਸਾਨ ਭਾਅ ਜੀ ਮੇਰਾ 10,000 ਰੁਪਇਆ ਕੈਸ਼ ਸੀਗਾ, ਇੱਕ ਮੋਬਾਈਲ ਸੀ ਸੈਮਸੰਗ ਨੋਟ ਅਤੇ ਇੱਕ ਗੋਲਡ ਸੀਗਾ ਮੇਰੇ ਕੋਲ, ਜਿਹੜੀ ਸਾਡੀ ਕਹਿ ਲਓ ਜੱਦੀ ਪੁਸ਼ਤੀ ਜਮ੍ਹਾਂ ਪੂੰਜੀ ਸੀਗੀ, ਉਹ ਸਾਰੇ ਲੈ ਗਏ। ਕੈਸ਼ ਵਗੈਰਾ ਵੀ? 10,000 ਰੁਪਇਆ ਕੈਸ਼ ਸੀਗਾ, ਗੋਲਡ ਹੈਗਾ ਸੀ 250 ਗ੍ਰਾਮ ਦੇ ਕਰੀਬ। ਅਤੇ ਪੁਲਿਸ ਨੂੰ ਕੰਪਲੇਂਟ ਕਰਤੀ? ਹਾਂਜੀ ਸਰ, ਪੁਲਿਸ ਨੂੰ ਕੰਪਲੇਂਟ ਕਰਤੀ ਹੈ ਜੀ। ਡਿਪਟੀ ਸਾਹਿਬ ਆਪ ਆਏ ਸੀ, SHO ਸਾਹਿਬ ਆਪ ਆਏ ਸੀਗੇ, ਆ ਕੇ ਸਾਰਾ ਮੌਕੇ ਦਾ ਮੁਆਇਨਾ ਕਰਕੇ ਵੇਰਵਾ ਲੈ ਕੇ ਅਤੇ ਚਲੇ ਗਏ ਸੀ। ਫੋਰੈਂਸਿਕ ਟੀਮ ਵੀ ਆਈ ਸੀ, ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਗਏ।